बाथरूम विच रस्सी ना बन के टंग दिता, फिर बोलदे कि इसने अपने आप फांसी लई आ। अगर ये आप फांसी लैंदा ते इसने तड़फना ही। एक मुर्गा बड्डीए वो किंजा लत्तां तड़फदियां, ओदे खंभ तड़फदे। ये बच्चा जे आप फांसी लैंदा ते इन्हें तड़फना ही। इहदे पैरां चों चप्पलां उतां दियां उतां पईआं, चप्पलां नहीं डिगियां। 302 दी धारा इस प्रिंसीपल स्कूल दे उपर नहीं लगदी, नहीं ते अग्गे भी बच्चां दे नाल इस तरीके नाल हुंदा रहूगा। SHO ਦੇ ਸਵਾਲ ਤੇ ਜਵਾਬ ਸੁਣੋ। ਕਹਿੰਦਾ ਕਿ ਪ੍ਰਿੰਸੀਪਲ ਜੀ ਮੈਂ ਆਪਣੇ ਫੋਨ ਤੋਂ ਗੱਲ ਕਰਾਤੀ। ਤੂੰ ਆਪਣੇ ਫੋਨ ਤੋਂ ਗੱਲ ਕਿਉਂ ਕਰਾਈ? ਤੇਰੀ ਜੇਬ ਗਰਮ ਹੋ ਗਈ ਹੋਣੀ ਆ, ਇਸ ਵਾਸਤੇ ਤੂੰ ਆਪਣੀ ਫੋਨ ਤੋਂ ਕਰਾਈ। ਉਹਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਜਿਹੜੀ 12 ਲੱਖ ਰੁਪਈਆ ਲੈਂਦੀ ਆ ਸਾਲ ਦਾ ਬੱਚੇ ਦਾ। MC ਸਕੂਲ ਦੇ ਅੰਦਰ ਪੜ੍ਹਦੇ ਹੀ ਇੱਧਰ ਪਰਮਾਨੈਂਟ ਇੱਥੇ ਰਹਿੰਦੇ ਹੀ, ਜਦੋਂ ਕਿਤੇ ਛੁੱਟੀ ਹੋਈ ਤੇ ਲੈ ਕੇ ਜਾਈਦਾ ਸੀ। ਰਾਤ ਦਾ ਇਹਨਾਂ ਨੇ ਸਾਡਾ ਬੱਚਾ ਮਾਰ ਕੇ ਰੱਸੀ ਦੇ ਨਾਲ ਬਾਥਰੂਮ ਦੇ ਅੰਦਰ ਟੰਗ ਰੱਖਿਆ। ਸਾਨੂੰ ਕੋਈ ਇਨਫੋਰਮੇਸ਼ਨ ਇਹਨਾਂ ਨੇ ਨਹੀਂ ਦਿੱਤੀ। ਜਦੋਂ ਕਿ ਇਹਨਾਂ ਨੇ ਦੁਬਾਰਾ ਜਾ ਕੇ SHO ਨੂੰ ਰਿਪੋਰਟ ਲਿਖਾਈ, SHO ਨੇ ਕੀ ਕੀਤਾ, ਆਪਣੇ ਫੋਨ ਤੋਂ ਇਸ ਪ੍ਰਿੰਸੀਪਲ ਦੀ ਗੱਲ ਸਾਡੀ ਦੀ ਮਤਾ ਨਾ ਕਰਾਤੀ, ਜੋ ਕਿ ਇਸ ਸਕੂਲ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਇਹ ਤੂੰ ਹਿਸਾਬ ਲਾਓ ਕਿ SHO ਨੇ ਕਿਉਂ ਗੱਲ ਕਰਾਈ ਆ। SHO ਨੂੰ ਕੁਛ ਹਰਕਤ ਹੋਈ ਤਾਂ ਫਿਰ ਹੀ SHO ਨੇ ਗੱਲ ਕਰਾਈ, ਨਹੀਂ ਤਾਂ ਉਹ ਬੋਲਦਾ ਆਪਣਾ ਫਰਜ਼ ਨਿਭਾ। ਜੋ ਤੁਹਾਡੇ ਅੰਦਰ ਬੱਚਾ ਰਹਿ ਰਿਹਾ ਸੀ ਤੇ ਇਹਦੇ ਤੇ ਅਸੀਂ ਡੈਡ ਬੋਡੀ ਰੱਖ ਲਈ ਆ, ਅਸੀਂ ਨਹੀਂ ਲਿਜਾਣੇ ਦੇਣੀ। ਜਿੰਨੀ ਤੱਕ 302 ਦੀ ਧਾਰਾ ਇਸ ਪ੍ਰਿੰਸੀਪਲ ਸਕੂਲ ਦੇ ਉੱਪਰ ਨਹੀਂ ਲੱਗਦੀ, ਨਹੀਂ ਤਾਂ ਅੱਗੇ ਵੀ ਬੱਚਿਆਂ ਦੇ ਨਾਲ ਇਸ ਤਰੀਕੇ ਨਾਲ ਹੁੰਦਾ ਰਹੂਗਾ। ਇਹਦੀ ਮੌਤ ਜੀ ਬੱਚੇ ਨੂੰ ਬਾਥਰੂਮ ਵਿੱਚ ਰੱਸੀ ਨਾਲ ਬੰਨ ਕੇ ਟੰਗ ਦਿੱਤਾ, ਫਿਰ ਇਹ ਬੋਲਦੇ ਕਿ ਇਸਨੇ ਆਪਣੇ ਆਪ ਫਾਂਸੀ ਲਈ ਆ। ਅਗਰ ਇਹ ਆਪ ਫਾਂਸੀ ਲੈਂਦਾ ਤੇ ਇਸਨੇ ਤੜਫਣਾ ਹੀ। ਇੱਕ ਮੁਰਗਾ ਵੱਡੀਏ ਉਹ ਕਿੰਜਾ ਲੱਤਾਂ ਤੜਫਦੀਆਂ, ਉਹਦੇ ਖੰਭ ਤੜਫਦੇ। ਇਹ ਬੱਚਾ ਜੇ ਆਪ ਫਾਂਸੀ ਲੈਂਦਾ ਤੇ ਇਹਨੇ ਤੜਫਣਾ ਹੀ। ਇਹਦੇ ਪੈਰਾਂ ਚੋਂ ਚੱਪਲਾਂ ਉਤਾਂ ਦੀਆਂ ਉਤਾਂ ਪਈਆਂ, ਚੱਪਲਾਂ ਨਹੀਂ ਡਿੱਗੀਆਂ। ਓਏ ਤੂੰ ਹਿਸਾਬ ਲਾਓ ਕਿ ਕਈ ਬੱਚੇ ਨੇ ਫਾਂਸੀ ਆਪ ਲਈ ਆ, ਫਾਂਸੀ ਨਾਲ ਦਿੱਤੀ ਗਈ ਆ। ਕੀ ਕਾਰਨ ਲੱਗਦਾ ਤੁਹਾਨੂੰ? ਕਾਰਨ ਇਹ ਲੱਗਦਾ ਕਿ ਕੋਈ ਸਕੂਲ ਦੇ ਅੰਦਰ ਕੋਈ ਕਾਰਨ ਹੋਇਆ, ਇਹਨਾਂ ਨੇ ਗੱਲ ਛੁਪਾਉਣ ਦੇ ਮਾਰਿਆਂ ਨੇ, ਜਾਂ ਬੱਚੇ ਲੜ ਪਏ, ਜਾਂ ਕੋਈ ਹੋਰ ਗੱਲਬਾਤ ਹੋਈ, ਇਹਨਾਂ ਨੇ ਗੱਲ ਨੂੰ ਛੁਪਾਉਣ ਦੇ ਮਾਰਿਆਂ ਇਹਨਾਂ ਨੇ ਉਸ ਬੱਚੇ ਨੂੰ ਬਾਥਰੂਮ ਦੇ ਵਿੱਚ ਲਟਕਾ ਦਿੱਤਾ। ਅਗਰ ਬੱਚਾ ਆਪ ਫਾਂਸੀ ਲੈਂਦਾ ਤੇ ਉਹਦੇ ਪੈਰੀ ਚੱਪਲਾਂ ਨਿਆਂ ਲਟਕਦੀਆਂ, ਕਿਉਂਕਿ ਉਹਨੇ ਤੜਫਣਾ ਹੀ। ਤੜਫਦੇ ਦੀਆਂ ਚੱਪਲਾਂ, ਕੈਂਚੀ ਚੱਪਲਾਂ ਜੋ ਉਹਦੇ ਪੈਰਾਂ 'ਚ ਉੱਦਾਂ ਫਸੀਆਂ। ਤੇ ਇਸ SHO ਦੇ ਸਵਾਲ ਤੇ ਜਵਾਬ ਸੁਣੋ। ਕਹਿੰਦਾ ਕਿ ਪ੍ਰਿੰਸੀਪਲ ਜੀ ਮੈਂ ਆਪਣੇ ਫੋਨ ਤੋਂ ਗੱਲ ਕਰਾਤੀ। ਤੂੰ ਆਪਣੇ ਫੋਨ ਤੋਂ ਗੱਲ ਕਿਉਂ ਕਰਾਈ? ਤੇਰੀ ਜੇਬ ਗਰਮ ਹੋ ਗਈ ਹੋਣੀ ਆ, ਇਸ ਵਾਸਤੇ ਤੂੰ ਆਪਣੀ ਫੋਨ ਤੋਂ ਕਰਾਈ। ਉਹਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਜਿਹੜੀ 12 ਲੱਖ ਰੁਪਈਆ ਲੈਂਦੀ ਆ ਸਾਲ ਦਾ ਬੱਚੇ ਦਾ। ਤੇ ਅਸੀਂ ਪ੍ਰਸ਼ਾਸਨ ਦੇ ਅੱਗੇ ਅਰਜ ਬੇਨਤੀ ਕਰਦੇ ਹਾਂ ਕਿ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏ, ਇਸ ਪ੍ਰਿੰਸੀਪਲ ਦੇ ਉੱਪਰ 302 ਦੀ ਧਾਰਾ ਲੱਗੀ ਜਾਵੇ, ਨਹੀਂ ਤਾਂ ਅਸੀਂ ਡੈਡ ਬੋਡੀ ਤੋਂ ਉਠਾ ਕੇ ਨਿਕਲਣੀ, ਰੋਡ ਜਾਮ ਕਰ ਦੇਣਾ, ਸੀਲ ਕਰਾਂਗੇ। ਇਹ ਨਾ ਅੱਜ MCS ਸਕੂਲ ਹੈ ਸਾਡਾ ਡਿਫੈਂਸ ਰੋਡ 'ਤੇ, ਅਤੇ ਇਹ ਸੁਬਹਾ ਇਨਫੋਰਮੇਸ਼ਨ ਆਈ ਸੀਗੀ ਕਿ ਹਰਪ੍ਰੀਤ ਨਾਂ ਦਾ ਬੱਚਾ ਸਟੂਡੈਂਟ ਜਿਹੜਾ 10th ਕਲਾਸ ਦਾ ਅਤੇ ਬੋਰਡਿੰਗ 'ਚ ਇੱਥੇ ਰਹਿੰਦਾ ਸੀ, ਅਤੇ ਹੁਣ ਸੁਸਾਈਡ ਕਰ ਲਈ ਹੈ। ਉਹ ਉਸ ਸੰਬੰਧ 'ਚ ਅਸੀਂ ਫਿਰ ਇੱਥੇ ਮੌਕੇ 'ਤੇ ਆ ਕੇ ਵਿਜ਼ਿਟ ਕੀਤਾ ਆ, ਅਤੇ ਡੈੱਡ ਬੋਡੀ ਜਿਹੜੀ ਆ ਬਾਥਰੂਮ ਵਿੱਚ ਲਟਕੀ ਹੋਈ ਸੀ, ਬਾਥਰੂਮ ਦੇ ਨਾਲ ਸਾਈਡ 'ਤੇ ਗ੍ਰਿਲ 'ਤੇ। ਅਤੇ ਉਹ ਫਿਰ ਉਹ ਸਾਰਾ ਅਸੀਂ ਇਹਨਾਂ ਦੇ ਘਰਦਿਆਂ ਦੀ ਹਾਜ਼ਰੀ ਵਿੱਚ ਵੀਡੀਓ ਕੈਮਰੇ ਦੀ ਰਿਕਾਰਡਿੰਗ ਦੇ ਥਰੂ ਡੈੱਡ ਬੋਡੀ ਉਤਾਰ ਕੇ ਸਿਵਲ ਹੋਸਪਿਟਲ ਭੇਜ ਦਿੱਤਾ ਜੀ, ਅਤੇ ਬਾਕੀ ਉਹਦੇ ਘਰਦਿਆਂ ਦੇ ਸਟੇਟਮੈਂਟ ਰਿਕਾਰਡ ਕੀਤੀ ਜਾ ਰਹੀ ਹੈ। ਅਤੇ ਸਟੇਟਮੈਂਟ ਜੋ ਉਹ ਦੇ ਰਹੇ ਨੇ ਉਸ ਹਿਸਾਬ ਨਾਲ ਅਸੀਂ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਰਾਂਗੇ। ਮਾਪਿਓ ਦਾ ਕਹਿਣਾ ਕਿ ਉਹਨਾਂ ਨੂੰ ਉਸ ਨੂੰ ਮਾਰ ਕੇ ਟੰਗਿਆ ਗਿਆ, ਕਿਆ ਸਹੀ ਹੈ ਜੀ? ਨਹੀਂ, ਹਜੇ ਤੱਕ ਜਿਹੜੀ ਸਾਡੀ ਮੁੱਢਲੀ ਤਫਤੀਸ਼ ਆ, ਹਜੇ ਤੱਕ ਤਾਂ ਇਸ ਤਰ੍ਹਾਂ ਦੇ ਕੋਈ ਤੱਥ ਸਬੂਤ ਹੁੰਦਾ ਨਹੀਂ ਆਏ ਵੀ ਕਿਸੇ ਨੇ ਮਾਰ ਕੇ ਟੰਗਿਆ ਆ। ਜੋ CCTV ਵੀ ਅਸੀਂ ਚੈੱਕ ਕਰ ਰਹੇ ਹਾਂ ਉਹਦੇ 'ਚ ਵੀ ਬੱਚਾ ਜਾਂਦਾ ਦਿਖਾਈ ਦਿੰਦਾ ਆ। ਇਸ ਤਰ੍ਹਾਂ ਦੀ ਕੋਈ ਵੀ ਹਜੇ ਤੱਕ ਮੁੱਢਲੇ ਤੌਰ 'ਤੇ ਹਜੇ ਤੱਕ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਪੇਸ਼ ਆਇਆ।